ਅੱਜ ਅਸੀਂ 5 ਜਨਵਰੀ ਨੂੰ ਸਿੱਖ ਤਰੀਕ 'ਚ ਰਿਕਾਰਡ ਹੋਈਆਂ ਘਟਨਾਵਾਂ ਦਾ ਚਰਚਾ ਕਰਾਂਗੇ। ਸਭ ਤੋਂ ਪਹਿਲੀ ਘਟਨਾ 1924 ਦੀ ਹੈ। 1924 ਦੀ 5 ਜਨਵਰੀ ਨੂੰ ਭਾਈ ਫੇਰੂ ਦਾ ਮੋਰਚਾ ਲੱਗਿਆ ਸੀਗਾ ਅਤੇ ਗ੍ਰਿਫਤਾਰੀਆਂ ਸ਼ੁਰੂ ਹੋਈਆਂ ਸੀ। ਭਾਈ ਫੇਰੂ ਬਾਰੇ ਮੈਂ ਦੱਸ ਦੇਣਾ ਚਾਹਾਂਗਾ ਵੀ 1640 'ਚ ਇਹਨਾਂ ਦਾ ਜਨਮ ਹੋਇਆ ਸੀ, 1706 'ਚ ਡੈਥ ਹੋਈ ਸੀ ਜਦੋਂ 66 ਸਾਲ ਦੀ ਉਮਰ ਵਿੱਚ। ਇਹ ਦੱਸ ਰਹੀ ਨਾ ਸੰਗਤ ਸਿੰਘ ਸੀ ਅਤੇ ਬਿਨਾਂ ਉੱਪਲ ਦਾ ਪੁੱਤਰ ਸੀਗਾ ਔਰ ਉਹਦੀ ਯਾਦ 'ਚ ਪਿੰਡ ਅੰਬ ਮਾੜੀ ਜਿਹੜਾ ਜ਼ਿਲ੍ਹਾ ਲਾਹੌਰ ਹੈ ਉਹਦੇ 'ਚ ਛਾਂਗਾ ਮਾਂਗਾ ਤੋਂ 15 ਕਿਲੋਮੀਟਰ ਦੂਰ ਜਿਹੜਾ ਉਹ ਇੱਕ ਗੁਰਦੁਆਰਾ ਉਹਦੇ ਨਾਂ 'ਤੇ ਬਣਿਆ ਹੋਇਆ। ਗੁਰਦੁਆਰਾ ਬਹੁਤ ਵੱਡਾ ਹੈ, ਗੁਰਦੁਆਰੇ ਦੇ ਨਾਂ 'ਤੇ 2750 ਏਕੜ ਜ਼ਮੀਨ ਸੀਗੀ ਅਤੇ ਗੁਰਦੁਆਰਾ ਸੁਧਾਰਨਾ ਹੈ ਜਿਹੜੀ 1920 ਤੱਕ ਚੱਲੀ ਹੈ। ਇਸ ਦੌਰਾਨ ਇੱਥੋਂ ਦੇ ਮੰਤਰੀ ਕਿਸ਼ਨ ਦਾਸ ਨੇ 21 ਦਸੰਬਰ 1922 ਦੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਉਹਦੇ ਨਾਲ ਸਮਝੌਤਾ ਕਰ ਲਿਆ ਅਤੇ 28 ਦਸੰਬਰ ਨੂੰ ਕਮੇਟੀ ਨੂੰ ਪ੍ਰਬੰਧ ਵੀ ਸੌਂਪ ਦਿੱਤਾ ਅਤੇ ਕਮੇਟੀ ਨੇ ਉਹਦੇ ਨਾਲ ਜੋ ਸੌਦਾ ਕੀਤਾ ਸੀਗਾ ਉਹ ਸਮਝੌਤੇ ਦੇ ਮੁਤਾਬਕ 400 ਰੁਪਏ ਮਹੀਨਾ, ਉਦੋਂ 400 ਰੁਪਏ ਬੜੀ ਵੱਡੀ ਗੱਲ ਸੀ ਕਿ ਆਮ ਤਨਖਾਹ 10 ਰੁਪਏ ਹੋਇਆ ਕਰਦੀ ਸੀ, 400 ਰੁਪਏ ਮਹੀਨਾ ਅਤੇ ਖਾਣ ਵਾਸਤੇ ਰਸਮ ਜਿਹੜੀ ਹੈ ਉਹ ਦੇਣੀ ਮੰਨ ਲਈ ਸੀ। ਦਸੰਬਰ 1923 ਦੇ ਮੰਤਰ ਨਰੈਣੂ ਦੇ ਭਰਾ ਪਾਲਾ ਰਾਮ ਨੇ ਇਸ ਕਿਸ਼ਨਦਾਸ ਮੰਤਰ ਜਿਹੜਾ ਸੀਗਾ ਫੇਰੂ ਦਾ ਇਹਨੂੰ ਫਸਲਾ ਕੇ ਇਹਨੂੰ ਤੈਸ਼ ਦਹਿ ਕੇ ਅਤੇ ਜਿਹੜਾ ਉਸਨੇ ਸ਼੍ਰੋਮਣੀ ਕਮੇਟੀ ਦੇ ਖਿਲਾਫ਼ ਦਾਅਵਾ ਕਰਾ ਦਿੱਤਾ ਅਤੇ 7 ਦਸੰਬਰ 1923 ਦੇ ਦਿਨ ਪੁਲਿਸ ਨੇ ਮੈਨੇਜਰ ਜਿਹੜਾ ਬਣਿਆ ਸੀਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਗਤ ਸਿੰਘ ਅਤੇ ਹੋਰ 10 ਸਿੱਖਾਂ ਨੂੰ ਗ੍ਰਿਫਤਾਰ ਕਰ ਲਿਆ। ਪਰ ਜਦੋਂ ਕੇਸ ਅਦਾਲਤ ਵਿੱਚ ਗਿਆ ਤਾਂ ਡਿਪਟੀ ਕਮਿਸ਼ਨਰ ਕੁਝ ਨਾ ਕਰ ਸਕਿਆ ਕਿਉਂਕਿ ਇੰਤਕਾਲ ਜਿਹੜਾ ਕਿ ਉਹਨਾਂ ਦਾ ਸ਼੍ਰੋਮਣੀ ਕਮੇਟੀ ਦੇ ਨਾਂ ਚੱਲ ਚੁੱਕਾ ਸੀ। ਦੂਜੇ ਪਾਸੇ ਜਿਹੜੇ ਸਿੱਖ ਗ੍ਰਿਫਤਾਰ ਕੀਤੇ ਗਏ ਸੀ ਇਹਨਾਂ ਨੂੰ ਛੱਡਣ ਤੋਂ ਨਾਂਹ ਕਰਤੀ। ਇਸ 'ਤੇ ਜਿਹੜੇ ਫੇਰੂ ਭਾਈ ਫੇਰੂ ਦੇ ਮਸਲੇ 'ਚ ਗ੍ਰਿਫਤਾਰ ਕੀਤੇ ਸਿੱਖ ਸੀ ਉਸ ਇਸ਼ੂ 'ਤੇ ਉੱਤੇ ਸਿੱਖਾਂ ਨੇ ਮੋਰਚਾ ਲਾ ਦਿੱਤਾ ਤੋ ਪਹਿਲਾ ਜਿਹੜਾ ਜੱਥਾ ਹੈ 5 ਜਨਵਰੀ 1924 ਦੇ ਦਿਨ ਗਿਆ। ਰੋਜ਼ 25 ਸਿੰਘਾਂ ਦਾ ਜੱਥਾ ਜਾਣ ਲੱਗੇ ਸਨ ਪਰ ਕਿਉਂਕਿ 20 ਸਤੰਬਰ 1925 ਦੇ ਦਿਨ ਇੱਕ ਕਤਲ ਹੋ ਗਿਆ ਅਤੇ ਜਿਸ ਕਰਕੇ ਜਿਹੜਾ 2.5 ਸਾਲ ਦਾ ਲਗਾ ਮੋਰਚਾ ਜਿਹੜਾ ਸ਼੍ਰੋਮਣੀ ਕਮੇਟੀ ਨੇ ਬੰਦ ਕਰ ਦਿੱਤਾ। ਭਾਈ ਫੇਰੂ ਦੇ ਬਾਰੇ 'ਚ ਇੱਕ ਹੋਰ ਵੀ ਗੱਲ ਦੱਸਣੀ ਚਾਹਾਂਗਾ ਕਿ ਭਾਈ ਫੇਰੂ ਜਿਹੜਾ ਉਹ ਇੱਕ ਜਿਹੜਾ ਬੜਾ ਬਹਾਦਰ ਸ਼ਖਸ ਸੀਗਾ ਅਤੇ ਗੁਰੂ ਤੇਗ ਬਹਾਦਰ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਵੀ ਰਹਿੰਦਾ ਸੀ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਵੀ ਉਹ ਕਾਫੀ ਰਿਹਾ ਹੈ। ਤੋ ਜਿਹੜਾ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮਸੰਦਾਂ ਦੀ ਪਰਖ ਕੀਤੀ ਹੈ 1698 ਵਿੱਚ ਅਤੇ ਇਸ ਭਾਈ ਫੇਰੂ ਜਿਹੜਾ ਹੈ ਕਿਉਂਕਿ ਇਹ ਜੰਗ ਦੇ ਮੈਦਾਨਾਂ 'ਚ ਹੋ ਕੇ ਤਾਂ ਗਿਆ ਸੀਗਾ, ਇਹ ਜਦੋਂ ਇਹਨੂੰ ਵੀ ਸੱਦਿਆ ਗਿਆ ਅਤੇ ਇਹਨੇ ਪਹਿਲਾਂ ਤਾਂ ਗੁਰੂ ਸਾਹਿਬ ਦਾ ਹੁਕਮ ਸੀਗਾ ਮੁਸ਼ਕਾ ਬੰਨ੍ਹ ਕੇ ਲਿਆ ਉਹਨਾਂ ਨੂੰ ਜਿੱਦਾਂ ਕੈਦੀ ਵਾਂਗੂ ਡਿਆ ਜਾ ਅਤੇ ਉਹ ਭਾਈ ਫੇਰੂ ਦਾ ਸਾਰਿਆਂ ਨੂੰ ਪਤਾ ਸੀ ਬਈ ਬੜਾ ਭਲਾ ਮਾਨਸ ਆ ਅਤੇ ਜਦੋਂ ਉਹਦੇ ਕੋਲ ਗਏ ਨੇ ਭਾਈ ਆਲਮ ਚੰਦ ਨੱਚਣ ਆਲਮ ਚੰਦ ਸੀਗਾ ਆਲਮ ਸਿੰਘ ਨਹੀਂ ਸੀ ਇਹ ਗਏ ਨੇ ਅਤੇ ਉਹਨਾਂ ਨੇ ਮੁਸ਼ਕਾ ਬੰਨ੍ਹਣ ਤੋਂ ਨਾ ਕਰਤਾ ਪਰ ਇਹਨਾਂ ਨੇ ਕਿਹਾ ਵੀ ਕਿਉਂਕਿ ਗੁਰੂ ਸਾਹਿਬ ਦਾ ਹੁਕਮ ਹੈ ਅਤੇ ਤੁਸੀਂ ਮੈਨੂੰ ਜਿਹੜਾ ਮੁਸ਼ਕਾ ਬੰਨ੍ਹ ਕੇ ਜਾਓ। ਜਦੋਂ ਉਹਨਾਂ ਨੇ ਨਾ ਕਰਤੀ ਅਤੇ ਨਾਲ ਲਿਜਾਣ ਲਈ ਉਂਝ ਚੱਲੇ ਇਹਨਾਂ ਨੇ ਆਪਣੇ ਆਪ ਨੂੰ ਹੀ ਰੱਸਿਆਂ 'ਚ ਨੂੰ ਉੱਡਿਆ ਜਾਣ ਕੇ ਹੀ ਤਾਂ ਜੋ ਗੁਰੂ ਸਾਹਿਬ ਦਾ ਹੁਕਮ ਜਿਹੜਾ ਲਫਜ਼ ਬਲਫਜ਼ ਜਿਹੜਾ ਉਸ ਨੂੰ ਜਿਹੜਾ ਪ੍ਰਵਾਨ ਕੀਤਾ ਜਾਵੇ। ਜਦੋਂ ਉੱਥੇ ਗਿਆ ਪੇਸ਼ ਹੋਏ ਨੇ ਭਾਈ ਫੇਰੂ ਤਾਂ ਉਹਨਾਂ ਨੇ ਗੁਰੂ ਸਾਹਿਬ ਨੇ ਪਰਖ ਕੀਤੀ ਮਸੰਦਾਂ ਦੀ ਜਿਹੜੇ ਮਸੰਦ ਮੁਜਰਮ ਸਨ ਜਿਹੜੇ ਪਾਪ ਕਰਦੇ ਸਨ ਜਿਹੜੇ ਲੁੱਟ ਮਚਾਈ ਹੋਈ ਸੀ ਜਿਹਨਾਂ ਨੇ ਜੁਰਮ ਅਤੇ ਜ਼ੁਲਮ ਕਰਦੇ ਸਨ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਅਤੇ ਜਿਹੜੇ ਸੁਰਖਰੂ ਹੋ ਕੇ ਨਿਕਲੇ ਉਹਨਾਂ ਨੂੰ ਉਹਨਾਂ ਨੇ ਸਿਰੋਪੇ ਦਿੱਤੇ ਇਨਾਮ ਦਿੱਤੇ। ਉਹਨਾਂ ਵਿੱਚ ਭਾਈ ਬਖਤ ਮਾਲ ਸੂਰੀ ਜਲਾਲਪੁਰ ਜੱਟਾਂ ਦਾ ਭਾਈ ਇਹ ਸੰਗਤ ਅਤੇ ਭਾਈ ਫੇਰੂ ਜਿਨ ਇਹਦਾ ਸੰਗਤ ਸਿੰਘ ਨਾਂ ਸੀਗਾ ਭਾਈ ਸੰਗਤ ਭਾਈ ਫੇਰੂ ਮੀਆਂ ਕੀ ਮੌੜ ਵੀ ਸ਼ਾਮਿਲ ਸਨ। ਤੋ ਇਸ ਦੇ ਨਾਲ ਹੀ ਗੁਰੂ ਸਾਹਿਬ ਨੇ ਮਸੰਦ ਪ੍ਰਥਾ ਖਤਮ ਕਰਤੀ। ਭਾਵੇਂ ਭਾਈ ਫੇਰੂ ਵੀ ਚੰਗੇ ਵੀ ਸਨ ਪਰ ਉਹਨਾਂ ਨੇ ਮਸੰਦ ਪ੍ਰਥਾ ਹੀ ਖਤਮ ਕਰਤੀ ਵੀ ਸਾਰੇ ਸਿੱਖ ਜਿਹੜੇ ਨੇ ਆਪਣੀ ਸਿੱਧੀ ਭੇਟਾ ਗੁਰੂ ਸਾਹਿਬ ਨੂੰ ਪਹੁੰਚਾਇਆ ਕਰਨਗੇ। ਸਾਡੇ ਕੋਲ ਫਿਰ ਕੁਛ ਘਟਨਾਵਾਂ ਨਕਲੀ ਮੁਕਾਬਲਿਆਂ ਦੀ ਵੀ ਨੇ। 5 ਜਨਵਰੀ 1991 ਦੇ ਦਿਨ ਪੁਲਿਸ ਨੇ ਦਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਟੰਗਰ ਆਦਿ ਜ਼ਿਲ੍ਹਾ ਰੋਪੜ ਅਤੇ ਸੁਲੱਖਣ ਸਿੰਘ ਰੋਵਲ ਨੂੰ ਨਕਲੀ ਮੁਕਾਬਲੇ 'ਚ ਮਾਰ ਦਿੱਤਾ।
1992 ਦੀ ਖਬਰ ਹੈ ਕਿ 5 ਜਨਵਰੀ 1992 ਦਿਨ ਪੁਲਿਸ ਨੇ ਸੁਰਜਨ ਸਿੰਘ ਪੁੱਤਰ ਸੁਰੈਨ ਸਿੰਘ ਵਾਸੀ ਤਿੱਬੜ ਜ਼ਿਲ੍ਹਾ ਗੁਰਦਾਸਪੁਰ ਅਤੇ ਬਲਵੰਤ ਸਿੰਘ ਪੁੱਤਰ ਕੁਨਨ ਸਿੰਘ ਵਾਸੀ ਜਾਗਰੀਆਂ ਜ਼ਿਲ੍ਹਾ ਗੁਰਦਾਸਪੁਰ ਨੂੰ ਨਕਲੀ ਮੁਕਾਬਲੇ 'ਚ ਮਾਰ ਦਿੱਤਾ। 1993 ਦੀ ਖਬਰ ਹੈ 5 ਜਨਵਰੀ 1993 ਦਿਨ ਪੁਲਿਸ ਨੇ ਅਵਤਾਰ ਸਿੰਘ ਤਾਰੀ, ਸਰਬਜੀਤ ਸਿੰਘ, ਬਲਜੀਤ ਸਿੰਘ ਅਤੇ ਜਗਵੀਰ ਸਿੰਘ ਨੂੰ ਨਕਲੀ ਮੁਕਾਬਲੇ 'ਚ ਮਾਰ ਦਿੱਤਾ। ਇਹ ਸਨ ਘਟਨਾਵਾਂ 5 ਜਨਵਰੀ ਦੀਆਂ ਜੋ ਸਿੱਖ ਤਵਰੀਸ਼ ਰਿਕਾਰਡ ਹੋਈਆਂ ਨੇ। ਸ਼ੁਕਰੀਆ।